ਸੋ ਮੁੰਟੇ ਤੋਂ ਵਿਹਲੇ ਹੋ ਗਏ ਹੁਣ ਅਸੀਂ ਚੱਲੇ ਆਂ ਵੈਲਰੂ ਇਧਰ ਮਿੱਟੀ ਪੈ ਗਈ ਹੋਣਾ ਚ ਸਾਫ ਹੋ ਰਹੀ ਹੈ ਸੋ ਵੈਲਰੂ ਫੈਰੀ ਵਗੈਰਾ ਚੱਲਦੀ ਆ ਉੱਥੋਂ ਪਰਥ ਵੱਲ ਨੂੰ ਜਿਹਨੇ ਜਾਣਾ ਉੱਥੋਂ ਫੈਰੀ ਵੀ ਲੈ ਸਕਦਾ ਆ ਤੇ ਉੱਥੇ ਜਾ ਕੇ ਦੇਖਦੇ ਆਂ 19 ਕਿਲੋਮੀਟਰ ਇੱਥੋਂ 19 ਹੀ ਮਿੰਟ ਲੱਗਣੇ ਆ ਸੋ ਉਸ ਤੋਂ ਬਾਅਦ ਸਿੱਧੀ ਵਾਪਸੀ ਘਰ ਨੂੰ ਸ਼ਾਮ ਹੋਣ ਤੋਂ ਪਹਿਲਾਂ ਘਰੇ ਪਹੁੰਚ ਜਾਣਾ ਤੇ ਹੁਣ 2:30 ਵੱਜ ਗਏ ਆ ਆਸ ਹੈ ਕਿ 5:30-6 ਵਜੇ ਤੱਕ ਘਰੇ ਪਹੁੰਚ ਜੀਏ ਸੋ ਆਓ ਫਿਰ ਵੈਲਰੂ ਜਾ ਕੇ ਮਿਲਦੇ ਹਾਂ ਜੀ ਲਓ ਜੀ ਵੈਲਰੂ ਪਹੁੰਚ ਚੱਲੇ ਆ ਤੇ ਪਹਿਲਾਂ ਹੀ ਸੋਹਣੇ ਸੋਹਣੇ ਨਜ਼ਾਰੇ ਦੇਖਣੇ ਸ਼ੁਰੂ ਹੋ ਗਏ ਆ ਕਿਉਂਕਿ ਜੱਟਾਂ ਦਾ ਦਿਲ ਜ਼ਮੀਨ 'ਚ ਹੀ ਰਹਿੰਦਾ ਆ ਸੋ ਕਣਕ ਦਾ ਸੀਜ਼ਨ ਚੱਲਦਾ ਆ ਖੱਬੇ ਹੱਥ ਸ਼ੈਲਰ ਦਿਖ ਰਿਹਾ ਹੋਣਾ ਤੁਹਾਨੂੰ ਕਣਕ ਦੇ ਢੇਰ ਲੱਗੇ ਪਏ ਨੇ ਸਾਰੇ ਏਰੀਏ ਦੀ ਕਣਕ ਇਕੱਠੀ ਹੋ ਕੇ ਮੈਨੂੰ ਲੱਗਦਾ ਇੱਥੇ ਆਉਂਦੀ ਆ ਸੋ ਇੱਥੋਂ ਪ੍ਰਸਾ ਫੈਕਟਰੀ ਵਗੈਰਾ ਵੀ ਲੱਗੀ ਹੋਈ ਆ ਇੱਥੋਂ ਫਿਰ ਪੈਕ ਪੂਕ ਹੋ ਕੇ ਅੱਗੇ ਜਾਂਦੀ ਹੋਣੀ ਹੈ ਪ੍ਰੋਸੈਸ ਹੋ ਕੇ ਸਾਫ਼ ਸੂਫ ਕਰਦੇ ਹੋਣੇ ਆ ਸੋ ਪੂਰਾ ਵੱਡਾ ਸ਼ੈਲਰ ਹੈ 250 ਏਕੜ ਜਨ ਹੋਣਾ ਇੰਡਸਟਰੀ ਏਰੀਆ ਜਿਹਾ ਲੱਗਦਾ ਥੋੜ੍ਹਾ ਜਿਹਾ ਬਾਕੀ ਸਾਰਿਆਂ ਨਾਲੋਂ ਥੋੜ੍ਹਾ ਡਿਫਰੈਂਟ ਇਹ ਮੰਡੀ ਲੱਗੀ ਹੋਈ ਹੈ ਦਾਦੂ ਦੀ ਮੰਡੀ ਆ ਗਈ ਮਾਂ ਬਹੁਤ ਮੰਡੀ ਆ ਗਈ ਦਾਦੂ ਦੀ ਖੰਨਾ ਮੰਡੀ ਆ ਗਈ ਖੰਨਾ ਮੰਡੀ ਸੋ ਵੈਲਰੂ ਪਹੁੰਚ ਚੁੱਕੇ ਹਾਂ ਜੀ ਅਤੇ ਇੱਥੇ ਆਹ ਵਾਈਟਰਾ ਕੰਪਨੀ ਦਾ ਇੱਕ ਹੋਰ ਬਹੁਤ ਵੱਡਾ ਪਲਾਂਟ ਲੱਗਿਆ ਹੋਇਆ ਹੈ ਅਤੇ ਇਹ ਜਿਹੜਾ ਪਲਾਂਟ ਹੈ ਇਹ ਪ੍ਰੋਡਕਸ਼ਨ ਸਟੋਰੇਜ ਪਲਾਂਟ ਹੈ ਸੋ ਜਿਹੜੀ ਇੱਥੇ ਕਣਕ ਹੁੰਦੀ ਹੈ ਸਾਰੀ ਨੂੰ ਸਟੋਰ ਕਰਕੇ ਇੱਥੇ ਰੱਖਿਆ ਜਾਂਦਾ ਹੈ ਫਿਰ ਜਦੋਂ ਲੋੜ ਹੁੰਦੀ ਹੈ ਉਹ ਸਾਹਮਣੇ ਖੜ੍ਹੇ ਸ਼ਿਪ 'ਤੇ ਲੱਦ ਕੇ ਜਿੱਥੇ ਜਿੱਥੇ ਲੋੜ ਉੱਥੇ ਭੇਜ ਦਿੰਦੇ ਨੇ ਅਤੇ ਆ ਸ਼ਿਪ ਤੋਂ ਦੇਖੋ ਤੁਸੀਂ ਪਲਾਂਟ ਤੱਕ ਇਹਨਾਂ ਨੇ ਆਪਣਾ ਹੀ ਪਾਥ ਬਣਾਇਆ ਹੋਇਆ ਹੈ ਸੁਰੰਗ ਟਾਈਪ ਜਾਂ ਬੰਦ ਕਵਰਡ ਬਣਾਇਆ ਹੋਇਆ ਸੋ ਇਹਦੇ ਥਰੂ ਸਿੱਧੀ ਉੱਥੇ ਜਾਂਦੀ ਹੈ ਚੀਜ਼ ਜਿਹੜੀ ਵੀ ਜਾਣੀ ਆ ਅਤੇ ਇੱਧਰ ਨੂੰ ਹੋ ਕੇ ਜਾਣ ਦੀ ਲੋੜ ਨਹੀਂ ਹੈ ਜੈਟੀ ਤੋਂ ਸਿੱਧਾ ਉੱਥੋਂ ਹੀ ਅਸੈਸ ਦਿੱਤਾ ਹੋਇਆ ਹੈ ਸੋ ਇਹ ਹੈ ਜੀ ਜੈਟੀ ਵੈਲਰੂ ਦੀ ਪਰ ਇਹ ਆਮ ਜੈਟੀ ਨਹੀਂ ਹੈ ਪੂਰੀ ਕੰਕਰੀਟ ਦੀ ਚੌੜੀ ਬਣਾਈ ਹੋਈ ਹੈ ਕਿਉਂਕਿ ਇੱਥੇ ਟਰੱਕ ਵਗੈਰਾ ਚੱਲਦੇ ਨੇ ਸੋ ਇਸ ਲਈ ਪੂਰੀ ਸੋਲਿਡ ਹੈ ਸੋ ਲੋਕ ਹੁਣ ਫਿਸ਼ਿੰਗ ਵਗੈਰਾ ਕਰਕੇ ਆ ਰਹੇ ਨੇ ਪੈਦਲ ਸ਼ਹਿਰ ਨੇ ਇਹ ਬੀਚਾਂ ਦੇ ਪੱਥਰ ਵਗੈਰਾ ਬੋਲ ਨੇ ਤਾਂ ਪਾਣੀ ਆ ਤਾਂ ਕੱਠ ਹੀ ਮਾਰਦਾ ਪੂਰਾ ਹਾਲ ਕੀਤਾ ਪਿਆ ਹਵਾ ਨੇ ਹਾਂ ਪੁੱਤ ਕਿੱਥੇ ਜਾਣਾ ਪਾਣੀ 'ਚ ਜਾਣਾ ਤੂੰ ਠਾਠਾ ਮਾਰਦਾ ਪਾਣੀ ਹੈ ਜੀ ਸੋ ਇੱਧਰ ਇਹਨਾਂ ਨੇ ਪਾਈਪਾਂ ਜਾਂ ਸਿੱਟ ਕੇ ਪਾਣੀ ਦੇ ਵਹਾਅ ਨੂੰ ਥੋੜ੍ਹਾ ਘੱਟ ਕਰਨ ਲਈ ਰੋਕਾਂ ਜਿਹੀਆਂ ਲਾਈਆਂ ਹੋਈਆਂ ਨੇ ਸਾਹਮਣੇ ਸ਼ਿਪ ਖੜ੍ਹਾ ਇੱਕ ਅਤੇ ਇੱਧਰ ਦੇਖੋ ਆ ਖੜ੍ਹੀ ਆ ਫੈਰੀ ਜਿਹੜੀ 'ਤੇ ਚੜ੍ਹ ਕੇ ਤੁਸੀਂ ਜਿਹੜਾ ਹੋਰ ਸਾਊਥ ਆਸਟ੍ਰੇਲੀਆ ਆਇਰ ਪੈਨਿਸੁਲਾ ਬੋਲਦੇ ਆ ਉਹਨੂੰ ਹੋਰ ਕੰਟਰੀ ਟਾਊਨ ਜਿਹਨੇ ਥੋੜ੍ਹੇ ਦੂਰ ਵਾਲੇ ਉਹਨਾਂ ਨੂੰ ਅਸੈਸ ਕਰ ਸਕਦੇ ਹੋ ਅਤੇ ਉੱਥੋਂ ਹੀ ਫਿਰ ਪਰਥ ਨੂੰ ਵੀ ਰਾਹ ਜਾਂਦਾ ਹੈ ਜੇ ਤੁਸੀਂ ਨਹੀਂ ਹਾਈਵੇ ਦੇ ਥਰੂ ਜਾਣਾ ਟਾਊਨਾਂ ਦੇ ਵਿੱਚ ਹੀ ਹੋ ਕੇ ਜਾਣਾ ਅਤੇ ਤੁਸੀਂ ਫੈਰੀ 'ਤੇ ਆਪਣੀ ਗੱਡੀ ਲੈ ਕੇ ਜਾ ਸਕਦੇ ਹੋ ਜਦੋਂ ਕਿਤੇ ਅਗਲੀ ਵਾਰ ਜਾਵਾਂਗੇ ਤਾਂ ਇਹਨੂੰ ਵੀ ਟਰਾਈ ਕਰਾਂਗੇ ਅੱਜ ਵੀਕਡੇ ਹੋਣ ਕਰਕੇ ਇੱਥੇ ਬਿਲਕੁਲ ਵੀ ਭੀੜ ਨਹੀਂ ਹੈਗੀ ਖਾਲੀ ਪਿਆ ਹੈ ਸਾਰਾ ਸ਼ਹਿਰ ਬਹੁਤ ਹੀ ਜ਼ਿਆਦਾ ਸ਼ਾਂਤੀ ਹੈ ਪਰ ਹਵਾ ਨੇ ਬੱਸ ਕਰਾਈ ਪਈ ਹੈ ਸਿਫਤ ਯੰਮੀ ਯੰਮੀ ਦੁੱਧੂ ਪੀਂਦੀ ਆ ਪੀਓ ਪੀਓ ਉੱਧਰ ਹਿਮਾ ਸਿੰਘ ਜੀ ਵੀ ਲੱਗੇ ਹੋਏ ਨੇ ਹਿਮਾ ਕਰਤਾ ਫਿਨਿਸ਼ ਕਰਨਾ ਹੈ ਕਰਦੇ ਫਿਰ ਵੈਲਰੂ ਤੋਂ ਬਾਅਦ ਪਾਤੇ ਨੇ ਹੀ ਚੱਲੇ ਸੀ ਫਿਰ ਘਰ ਵੱਲ ਹੁਣ ਕਿਉਂਕਿ 2 ਘੰਟੇ ਦਾ ਸਫ਼ਰ ਹੈ ਅਤੇ 3:15 ਹੋ ਗਏ ਆ ਮਾੜਾ ਮੋਟਾ ਰਾਹ 'ਚ ਰੁਕਾਂਗੇ ਕੌਫੀ ਵਗੈਰਾ ਪੀਵਾਂਗੇ ਸੋ ਘਰ ਜਾ ਕੇ ਮਿਲਦੇ ਹਾਂ ਹੁਣ ਤੁਹਾਨੂੰ
ਤੇ ਜੇ ਕਿਤੇ ਕੋਈ ਵਧੀਆ ਚੀਜ਼ ਹੋਈ ਤਾਂ ਰਸਤੇ 'ਚ ਜ਼ਰੂਰ ਬਣਾਵਾਂਗੇ ਵਲੌਗ, ਨਹੀਂ ਫਿਰ ਮਿਲਦੇ ਹਾਂ ਘਰੇ ਜਾ ਕੇ। ਸੋ ਆ ਜਾਓ ਫਿਰ ਚੱਲੀਏ। ਕਿਸੇ ਨੇ ਸੱਚ ਹੀ ਕਿਹਾ ਜੀ, ਕਹਿੰਦੇ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਸੋ ਘਰੇ ਪਹੁੰਚ ਗਿਆ, ਜਿੰਨਾ ਕੁ ਆਰਾਮ ਹੁਣ ਆ ਰਿਹਾ ਹੈ ਇਹਨਾਂ 2 ਦਿਨ 'ਚ ਨਹੀਂ ਆਇਆ। ਸੋ ਥੱਕ ਕਾਫੀ ਗਏ ਹਾਂ, ਸਮਾਨ ਬਹੁਤ ਸੀ, ਮਸੀਂ ਕੱਢਿਆ ਗੱਡੀ 'ਚੋਂ 711 ਕਿਲੋਮੀਟਰ ਗੱਡੀ ਚੱਲ ਗਈ ਆ। ਸੋ ਕਾਫੀ ਡਰਾਈਵ ਸੀ, ਅੱਜ ਵੀ 250 ਚਲਾਈ ਆ, ਕੱਲ੍ਹ ਜ਼ਿਆਦਾ ਚੱਲ ਗਈ ਸੀ। ਸੋ ਹੁਣ ਫਾਈਨਲੀ ਘਰੇ ਪਹੁੰਚੇ ਹਾਂ, 6:30 ਹੋ ਗਏ ਨੇ, ਹੁਣ ਖਾਂਦੇ ਪੀਂਦੇ ਹਾਂ ਅਸੀਂ ਆਪਣਾ। ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਵਿੱਚ। ਦੇਵ ਅੱਜ ਲਈ ਆ ਗਿਆ, ਧੰਨਵਾਦ ਸਾਰਿਆਂ ਦਾ, ਬਾਏ ਬਾਏ, ਟੇਕ ਕੇਅਰ। ਆ ਗਿਆ ਘਰੇ, ਚੱਲ ਫਿਰ ਚਲਾ ਆਪਣੀ ਗੱਡੀ ਉੱਧਰ। ਚਲੋ 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 ਚਲੋ, ਉਹ ਸਟ੍ਰੋਬੇਰੀ ਕਰ ਲ, ਸਟ੍ਰੋਬੇਰੀ ਕਰ ਲ, ਇੱਧਰ ਆ, ਇੱਧਰ ਆ, ਸਟ੍ਰੋਬੇਰੀ ਕਰ ਲ। ਸਾਰੀ ਡਰੈਸ 'ਤੇ ਸਟ੍ਰੋਬੇਰੀ ਵਾਲਾ ਜੂਸ ਡੋਲ ਕੇ ਡੱਬ ਖੜੱਬੀ ਬਣੀ ਫਿਰਦੀ ਹੈ। ਉਰੇ ਆ ਦੇ, ਕੀ ਹੈ ਆ ਪਾਇਆ, ਕੀ ਹੈ, ਸਿੱਟੇ ਨੂੰ ਥੱਲੇ ਸਿੱਟ, ਵੈਰੀ ਗੁੱਡ, ਚੱਲ ਆ ਚੱਲੀ ਅੰਦਰ।